ਦੋਸਤੋ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਹਾਂਜੀ ਨਿਊਜ਼ੀਲੈਂਡ ਵਿੱਚ ਅੱਜ ਬੜਾ ਰੰਗीन ਦਿਨ ਚੜਿਆ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ 1,65,000 ਲੋਕਾਂ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਹਾਂਜੀ ਦੋਸਤੋ 5 ਮਿਲੀਅਨ ਅਪ੍ਰੋਕਸੀਮੇਟੀ ਨਿਊਜ਼ੀਲੈਂਡ ਚ ਲੋਕ ਨੇ ਟੋਟਲ ਤੇ 1,65,000 ਲੋਕਾਂ ਨੂੰ ਪੀਆਰ ਦੇ ਰਿਹਾ ਬਹੁਤ ਵੱਡਾ ਦਿਲ ਵਿਖਾਇਆ ਉਹਨਾਂ ਨੇ ਹੁਣ ਗੱਲ ਕਰੀਏ ਕਰੀ ਆਸਟ੍ਰੇਲੀਅਨ ਗਵਰਨਮੈਂਟ ਦੀ ਆਸਟ੍ਰੇਲੀਅਨ ਗਵਰਨਮੈਂਟ ਹਾਂਜੀ ਤੁਹਾਡੇ ਸਾਹਮਣੇ ਹੀ ਹੈ ਇੱਥੇ ਕੀ ਹੋ ਰਿਹਾ ਹੈ ਲੋਕਾਂ ਨੇ ਅਕਾਊਂਟਿੰਗ ਆਈਟੀ ਇੰਜੀਨੀਅਰਿੰਗ ਅੱਠ ਬੈਂਡ ਪ੍ਰੋਫੈਸ਼ਨਲ ਯੀਅਰ ਨਾਈਟ ਨਾਟੀ ਸਾਰੀਆਂ ਸਟੇਟਾਂ ਵੀ ਚੇਂਜ ਕਰ ਲਈਆਂ ਵਿਕਟੋਰੀਆ ਵਾਲੇ ਵਿਚਾਰੇ ਜਾ ਰਹੇ ਆ ਨਿਊ ਸਾਊਥ ਵੈਲ ਨਿਊ ਸਾਊਥ ਵੈਲ ਵਿੱਚ ਜਾ ਰਹੇ ਆ ਤਸਮੇਨੀਆ ਕੋਈ ਡਾਰਵਿਨ ਜਾ ਰਿਹਾ ਕੋਈ ਪਰਥ ਜਾ ਰਿਹਾ ਸੋ ਦੋਸਤੋ ਵਿਚਾਰੇ ਫੁੱਟਬਾਲ ਬਣੇ ਹੋਏ ਆ ਬੱਚੇ ਖਾਣਾ ਬਦੋਸ਼ ਬਣੇ ਹੋਏ ਆ ਸੋ ਆਸਟ੍ਰੇਲੀਅਨ ਗਵਰਨਮੈਂਟ ਕਦੋਂ ਵੱਡਾ ਦਿਲ ਦਿਖਾਊਗੀ ਪਤਾ ਨਹੀਂ ਪਰ ਮੈਂ ਆਸਟ੍ਰੇਲੀਅਨ ਗਵਰਨਮੈਂਟ ਨੂੰ ਇਹੀ ਬੇਨਤੀ ਕਰੂੰਗਾ ਕਿ ਇੰਨੇ ਪੱਥਰ ਦਿਲ ਨਾ ਬਣੋ ਇਹ ਵਿਚਾਰੇ ਰੱਬ ਦੇ ਬੰਦੇ ਨੇ ਮਿਹਨਤ ਕਰਕੇ ਰੋਟੀ ਖਾਂਦੇ ਨੇ ਦੇਸ਼ ਦਾ ਭਲਾ ਮੰਗਦੇ ਨੇ ਇੱਥੇ ਟੈਕਸ ਭਰਦੇ ਨੇ ਕਿਸੇ ਨੇ ਆਪਣੀ ਵਾਈਫ ਇੰਡੀਆ ਛੱਡੀ ਹੋਈ ਹੈ ਕਿਸੇ ਨੇ ਆਪਣੇ ਬੱਚੇ ਇੰਡੀਆ ਛੱਡੇ ਹੋਏ ਨੇ ਕਈ ਵਿਚਾਰੇ ਇੰਨੀ ਟੈਨਸ਼ਨ 'ਚ ਨੇ ਕਿ ਰੋ-ਰੋ ਕੇ ਅੱਖਾਂ ਦੇ ਅਥਰੂ ਵੀ ਮੁੱਕ ਗਏ ਨੇ ਮੈਂ ਸਰਕਾਰ ਨੂੰ ਇਹ ਵੀ ਕਹੂੰਗਾ ਕਿ ਸਰਕਾਰ ਜੀ ਗਰਾਉਂਡ ਰਿਐਲਿਟੀ ਨੂੰ ਦੇਖੋ ਮਾਈਗ੍ਰੇਸ਼ਨ ਪਾਲਿਸੀਆਂ ਹਾਰਡ ਹੋਣ ਕਰਕੇ ਕਈਆਂ ਦੇ ਘਰ ਟੁੱਟ ਗਏ ਨੇ ਡਿਪਰੈਸ਼ਨ ਸਟ्रेस ਬੱਚਿਆਂ ਨੂੰ ਆਰਟਿਜ਼ਮ ਤੱਕ ਹੋ ਗਈ ਹੈ ਬੱਚੇ ਸਿਟੀਜ਼ਨ ਐਸ ਕੰਟਰੀ ਵਿੱਚ ਪਰ ਜਿਹੜੇ ਮਾਪਿਓ ਨੇ ਉਹ ਵਿਚਾਰੇ ਕੱਚੇ ਰੋਲਦੇ ਪਏ ਨੇ ਸੋ ਇਹਨਾਂ ਚੀਜ਼ਾਂ ਨੂੰ ਜਦ ਤੱਕ ਤੁਸੀਂ ਨਹੀਂ ਸਮਝੋਗੇ ਤਦ ਤੱਕ ਜਿਹੜੀ ਮਾਈਗ੍ਰੇਸ਼ਨ ਹੈ ਉਹ ਇਦਾਂ ਦੀ ਹੋਏਗੀ ਕਿ ਲੋਕੀ ਪੱਕੇ ਤੇ ਹੋ ਜਾਣਗੇ ਪਰ ਕੀ ਕਦੀ ਆਸਟ੍ਰੇਲੀਆ ਨਾਲ ਦਿਲ ਲਾਣਗੇ ਉਹਨੂੰ ਕਹਿਣਗੇ ਕਿ ਹਾਂ ਭਈ ਇਹ ਉਹ ਕੰਟਰੀ ਹੈ ਜਿਨੇ ਸਾਨੂੰ ਸੁੱਖ ਦਿੱਤੇ ਸਾਨੂੰ ਆਪਣਾ ਬਣਾਇਆ ਉਹ ਇਥੇ ਮਜਬੂਰੀ ਨੂੰ ਪੱਕੇ ਤੇ ਹੋ ਜਾਣਗੇ ਬਟ ਤੁਹਾਡੇ ਉਹਨਾਂ ਦਿਲ ਚ ਕੀ ਹੋਊਗਾ ਰੱਬ ਜਾਣਦਾ ਆਸਟ੍ਰੇਲੀਅਨ ਗਵਰਨਮੈਂਟ ਨੂੰ ਇੱਕ ਚੀਜ਼ ਆ ਸ਼ਾਇਦ ਨਹੀਂ ਪਤਾ ਇਸ ਕੰਟਰੀ ਦੇ 25 ਮਿਲੀਅਨ ਲੋਕ ਨੇ ਪਰ 5 ਮਿਲੀਅਨ ਲੋਕ ਇਸ ਕੰਟਰੀ ਦੇ ਡਿਸੇਬਲ ਨੇ ਜਿਨ੍ਹਾਂ ਨੂੰ ਕੋਈ ਸਹਾਰਾ ਚਾਹੀਦਾ ਇਹਦਾ ਆਨਸਰ ਸ਼ਾਇਦ ਸਾਇੰਸ ਨਹੀਂ ਦੇ ਸਕਦੀ ਪਰ ਸਪਿਰਚੁਅਲਿਟੀ ਦੇ ਸਕਦੀ ਹੈ ਸੋ ਆਸਟ੍ਰੇਲੀਆਨ ਗਵਰਨਮੈਂਟ ਅੱਗੇ ਫਿਰ ਬੇਨਤੀ ਹੈ ਕਿ ਇੰਨੀ ਵੱਡੀ ਤਾਦਾਦ ਵਿੱਚ ਇਸ ਕੰਟਰੀ ਚ ਡਿਸੇਬਲ ਲੋਗ ਨੇ ਇਹਦੇ ਪਿੱਛੇ ਕੀ ਕਾਰਨ ਹੈ ਆਪਾਂ ਨੂੰ ਕੰਪੈਸ਼ਨੇਟ ਹੋਣਾ ਚਾਹੀਦਾ ਹੈ ਲੋਕਾਂ ਦਾ ਸੁੱਖ ਮੰਗਣਾ ਚਾਹੀਦਾ ਹੈ ਇਹਨਾਂ ਬੱਚੇ ਜਿਹੜੇ ਇਸ ਕੰਟਰੀ ਚ 8 ਸਾਲ ਗੁਆ ਚੁੱਕੇ ਨੇ ਉਹਨਾਂ ਦਾ ਕੁਝ ਉਹਨਾਂ ਵਾਸਤੇ ਕੋ ਸੋਚੋ ਨਹੀਂ ਤੇ ਸਟੂਡੈਂਟਸ ਕਹਿਣਗੇ ਆਸਟ੍ਰੇਲੀਆ ਨੇ ਦਿਲ ਹਮਾਰਾ ਤੋੜਾ ਹਮੇਂ ਕਹੀਂ ਕਾ ਨਾ ਛੋੜਾ ਆਸਟ੍ਰੇਲੀਆ ਬੇਵਫਾ Thank you from Bajwa Immigration